ਗੁਣਗੁਣਾਉਂਦੇ ਰਹਿੰਦੇ ਹੈ। ਜਿਹੜਾ ਇਹਦੇ ਸੁਭਾਨ ਮੁਹੰਮਦ ਔਰ ਪੜ੍ਹਨੇ 'ਚ ਬਰਾਬਰ ਕਹਿ ਰਹੇ, ਸ਼ਾਇਦ ਇਹਦੇ ਜੀਵਨ ਦੇ ਕਰਮੇ ਦੀ ਦਿਸ਼ਾ ਕੋਈ ਔਰ ਦ੍ਰਿੜ ਨਿਸ਼ਚੇ ਵਾਲੇ ਹੈ। ਇਹਨੇ ਹਿੰਮਤ ਪਿਤਾ ਫੌਜਾਂ 'ਚ ਕੰਮ ਕਰਦੇ ਹੈ, ਘਰਾਂ 'ਚ ਸੰਸਕ੍ਰਿਤ ਭਜਨ ਕਵਿਤਾ ਗੀਤ ਗਜ਼ਲ ਅਤੇ ਕੇਸ਼ ਦਾਰਸ਼ਨਿਕਤਾ ਦੇ ਰੰਗੇ ਰੰਗੋਈ ਦੀਆਂ ਰਚਨਾ ਸੰਕਲਿਤ ਹੈ। ਪਹਿਲਾਂ ਮੈਂ ਨਵੀਂ ਡੋਗਰੀ ਸੰਸਥਾ ਪਾਸਿਆ ਮਾਨਯੋਗ ਸ਼੍ਰੀ ਓਮ ਗੋਸਵਾਮੀ ਉਹਦਾ ਸਵਾਗਤ ਕਰਨਾ। ਇਹ ਇੱਕ ਵਰਿਸ਼ਠ ਸਾਹਿਤਕਾਰ ਤਾਂ ਹੈ ਹੀ ਹੈ, ਸਾਹਿਤ ਅਕੈਡਮੀ ਕੋਲਾ ਪੁਰਸਕ੍ਰਿਤ ਤਾਂ ਹੈ ਹੀ ਹੈ, ਲੇਕਿਨ ਇਹਦੇ ਕੋਲ ਇਹ ਬਹੁਤ ਜ਼ਿਆਦਾ ਨੇ। ਅਗਰ ਮੈਂ ਆਖਾਂ ਕਿ ਆਪਣੇ ਆਪ 'ਚ ਇਹ ਇੱਕ ਸੰਸਥਾ ਨੂੰ, ਇੱਕ ਇੰਸਟੀਟਿਊਸ਼ਨ ਨੂੰ, ਇੱਕ ਅਦਾਰਾ ਨੂੰ, ਤਾਂ ਸਹੀ ਗੱਲ ਹੋਊ। ਜਿਸਲੇ ਸਾਹਿਤ ਦੇ ਹਵਾਲੇ ਕਰਨਾ, ਖਾਸ ਕਰਕੇ ਡੋਗਰੀ ਸਾਹਿਤ ਦੇ ਹਵਾਲੇ ਕਰਨਾ, ਅਸੀਂ ਨਜ਼ਰ ਮਾਰਨੇ ਹਾਂ, ਦੇਖਦੇ ਹਾਂ ਕਿ ਕਿੱਥੇ ਜਾਣਾ, ਤਾਂ ਪਹਿਲੀ ਨਜ਼ਰ ਇੰਦਰ ਟਗੋਰ ਦੀ ਪਾਉਂਦੀ ਹੈ। ਸੁਭਾਨ ਮੁਹੰਮਦ ਵਧਣ ਵਾਸਤੇ, ਤਮਦਨ ਵਾਸਤੇ ਬੜਾ ਯੋਗਦਾਨ ਦਿੱਤਾ ਹੋਇਆ ਹੈ। ਜਿਹੜੇ ਵੀ ਪ੍ਰਤਿਭਾਸ਼ਾਲੀ ਬੱਚੇ ਨੌਜਵਾਨ ਇਹਨਾਂ ਹੀ ਮਿਲੇ, ਉਹਨੇ ਹੀ ਇਹਨਾਂ ਬੁਲਾਈਆ, ਅਦਬ ਦੀ ਤਰਫ ਰਾਗਵ ਕੀਤਾ, ਸਾਡਾ ਰਾਗਵ ਵੀ ਨਹੀਂ ਕੀਤਾ, ਬਲਕਿ ਉਹਦੀ ਪ੍ਰਤਿਭਾ ਕੀ ਘੜਿਆ, ਉਹਦੇ ਨਜ਼ਰ ਰੱਖੀ, ਔਰ ਅੱਜ ਬੜੇ ਜ਼ਿਆਦਾ ਬੜੀ ਤਾਦਾਦ 'ਚ ਨੌਜਵਾਨ ਲਿਖਾਰੀ ਸਾਹਿਤਕਾਰ ਬਣੀਆਂ ਅੱਜ ਸਥਾਪਿਤ ਹੋ ਰਹੇ ਨੇ, ਔਰ ਇਹਨਾਂ ਗੀਤ ਦਾ ਸ਼੍ਰੇਅ ਜਾਂਦਾ। ਇਹ ਅੱਜ ਇੱਥੇ ਆਏ ਨੇ, ਇਹਨਾਂ ਨਿੱਘਾ ਸਵਾਗਤ ਹੈ। ਅਗਰ ਓਮ ਗੋ ਸਵਾਮੀ ਹੋਰੇ ਜੀ, ਅਸੀਂ ਜਾਂਦੇ ਮਸ਼ਵਰਾ ਕਰ ਲੈਂਦੇ ਤਾਂ ਅੱਛਾ ਰਹਿੰਦਾ, ਲੇਕਿਨ ਬਹੁਤ ਅੱਛੀ ਕਿਤਾਬ, ਇੱਕ ਅੱਛੀ ਭੇਂਟ ਡੋਗਰੀ ਸਾਹਿਤ ਦੀ ਮੇਰੇ ਸਾਹਿਬ ਹੈ, ਜੋ ਮੈਂ ਲਿਖਿਆ ਮੁਕਤਸਰ ਤੌਰ ਉੱਪਰ, ਔਰ 85% ਦੇ ਕਰੀਬ ਮੈਂ ਕੁੰਡਰੀਆ ਸਾਹਿਬ ਕਦੇ ਗੱਲ ਹੋਈ ਸੀ, ਦੋਨਾਂ ਦਾ ਇਤਫਾਕ ਕਰਾਇਆ ਹੋਇਆ, ਇਹ ਸੋਚ ਮਿਲੀ ਕਿ ਨਹੀਂ 85% ਦਾ ਬਹੁਤ ਹੀ ਮਿਆਰੀ, ਬੜਾ ਠੀਕ ਹਰ ਤਰੀਕੇ ਕਰਨਾ ਕਿਤਾਬ, ਠੀਕ ਹੈ, ਉਹਦਾ ਬੜਾ ਸਵਾਗਤ ਹੈ। ਸਭਾਗਾਰ ਦੇ ਪਾਰ, ਇਸ ਸਭਾਗਾਰ ਵਿੱਚ ਮੰਚ ਦੇ ਪਾਰ ਬੈਠੇ ਦੇ ਸਾਹਿਤਕਾਰ ਪ੍ਰੇਮੀ, ਕਲਾਕਾਰ ਪ੍ਰੇਮੀ, ਵਰਿਸ਼ਠ ਵਿਅਕਤੀਤਵ ਦੇ ਲੋਕ ਇੱਥੇ ਬੈਠੇ ਦੇ, ਨਾਲ ਕਿ ਹਾਜ਼ਰੀ ਘੱਟ ਹੈ ਕਿਉਂਕਿ ਵਰਕਿੰਗ ਡੇ ਹੈ, ਤੋ ਉਹ ਵੀ ਵਜ੍ਹਾ ਹੋ ਸਕਦੀ ਹੈ। ਬਾਕੀ ਇਹ ਸਾਡੇ ਸ਼ੁਭਨ ਸਾਹਿਬ ਜਿਹੜੇ ਨੇ, ਮੁਹੰਮਦ ਸਾਹਿਬ ਲਿਖਾਰੀ ਜਿਹੜੇ ਨੇ ਇਸ ਕਿਤਾਬਾਂ ਦੇ, ਇਹ ਨਰਵਾਲ ਪਈ ਦੇ ਰਹਿਣ ਵਾਲੇ ਨੇ। ਹਾਂ, ਨਰਵਾਲ ਪਾਈ ਤਾਂ ਸਾਡੀ ਸੋਚ ਹੈ, ਕੰਮ ਹੁੰਦੇ ਰਹਿਣਾ ਚਾਹੀਦਾ, ਹਲਚਲ ਮਚਦੀ ਰਹਿਣੀ ਚਾਹੀਦੀ, ਔਰ ਆਪਣੀ ਭਾਸ਼ਾ ਦੇ ਬਾਰੇ 'ਚ, ਆਪਣੀ ਸੰਸਕ੍ਰਿਤੀ ਦੇ ਬਾਰੇ 'ਚ ਮਾਨ ਸਮਾਨ ਜਿਹੜਾ ਹੈ ਉਹ ਜਨਮਾਨ ਉਹ ਵਧਣਾ ਚਾਹੀਦਾ, ਉਹ ਜਨਮਾਨਸ ਤੱਕ ਗੱਲ ਪੁੱਜਣੀ ਚਾਹੀਦੀ, ਇਸੇ ਪ੍ਰਯਾਸ 'ਚ ਅਸੀਂ ਲੱਗੇ ਰਹੇ ਹਾਂ। ਮੈਂ ਜ਼ਿਆਦਾ ਸਮੇਂ ਨਾ ਲੈਂਦਾ ਹੋਏ ਤੁਹਾਡਾ ਸਾਹਮਣੇ ਦਾ ਇੱਕ ਵਾਰੀ ਵਰਤੀ ਹੈ ਧੰਨਵਾਦ ਕਰਨਾ, ਸਵਾਗਤ ਕਰਨਾ, ਥੈਂਕ ਯੂ। ਇਸ ਕਿਤਾਬ 'ਚ ਗੀਤ ਨੇ, ਭੇਟਾਂ ਨੇ, ਭਜਨ ਨੇ,
ਕਿਤਾਬ ਮੋਸਟਲੀ ਲੋਕਾਂ ਤੱਕ ਪੁੱਜੀ ਦੀ ਹੈ, ਜਿਹਦੇ ਤੱਕ ਨਹੀਂ ਪੁੱਜੀ ਉਹ ਲੈ ਸਕਦਾ, ਅਤੇ ਇਸ ਕਿਤਾਬ ਨੂੰ ਪੜ੍ਹਿਓ ਜ਼ਰੂਰ। ਔਰ ਇਸ ਕਿਤਾਬ ਦਾ ਵਿਮੋਚਨ ਜ਼ਿੰਦਗੀ ਦੇ ਹਰ ਮੈਦਾਨ ਚ ਨਾਕਾਮ ਰਿਹਾ, ਜ਼ਿੰਦਗੀ ਦੇ ਹਰ ਮੈਦਾਨ ਚ ਨਾਕਾਮ ਰਿਹਾ। ਉਹ ਅੱਜ ਸਭ ਤੋਂ ਹੀ ਮੈਂ ਇੱਕ ਅਗਲਾ ਕਾਰਜਕ੍ਰਮ ਅੱਗੇ ਜਮਾਂ ਦੇ ਇੱਕ ਤੁਹਾਨੂੰ ਇੱਕ ਸਾਦਾ ਵੀ ਦਿੰਦਾ ਅਤੇ ਇੱਕ ਸੂਚਨਾ ਕਿ 29 ਤਰੀਕ ਹੀ ਪ੍ਰੈਸ ਕਲੱਬ 'ਚ 11:30 ਵਜੇ ਨਵੀਂ ਲੋਕ ਸੰਸਥਾ ਪਾਸੇ ਇੱਕ ਕਿਤਾਬ, ਹਿੰਦੀ ਦੀ ਕਿਤਾਬ ਆਤਮ ਨਿਰਭਰ ਬੇਟੀਆਂ, ਇਹ ਕੁਲੈਕਸ਼ਨ ਆਫ ਹਿੰਦੀ ਆਰਟੀਕਲਸ, ਹਿੰਦੀ ਰਾਈਟਰ ਦਾ ਨਿਸ਼ਾ ਕਪੂਰ ਜੀ ਸਾਡੇ ਸਾਹਮਣੇ ਬੈਠੀ ਦੀਆਂ ਨੇ। ਤੁਸੀਂ ਸਾਰੇ ਸਾਦਾ 11:30 ਵਜੇ ਪ੍ਰੈਸ ਕਲੱਬ 'ਚ 29 ਤਰੀਕ ਤੁਸੀਂ ਸਾਰੇ ਆਉਣਾ। ਔਰ ਸੁਭਾਨ ਮੁਹੰਮਦ ਜੈਸੀ ਔਰ ਕਿੰਨੀ ਮਿਸਾਲੇ ਹੋਣਗੀ, ਇੱਕ ਔਰ ਸ਼ਖਸੀਅਤ ਯਹਾਂ ਬੈਠੀ ਅਬਦੁਲ ਕਾਦਰ ਕੋਟਲੀਆ ਸਾਹਿਬ, ਇਸ ਤਰ੍ਹਾਂ ਕਿ ਔਰ ਬਹੁਤ ਸਾਰੀ ਸ਼ਖਸੀਅਤ ਹੋਤੀ ਹੈ। ਮੈਂ ਖੁਦ ਵੀ ਚਾਹਤਾ ਥਾ ਕਿ ਮੈਂ ਡੋਗਰੀ ਸਿੱਖੂੰ ਔਰ ਕਮ ਸੇ ਕਮ ਡੋਗਰੀ ਕੇ ਅੰਦਰ ਕੋਈ ਪ੍ਰੋਜ਼ ਕੀ ਕਿਤਾਬ ਕਹੇ। ਜਬ ਕਭੀ ਮੈਂ ਵੇਦਪਾਲ ਦੀਪ ਕੀ ਗਜ਼ਲੇ ਪੜ੍ਹਤਾ ਥਾ, ਸੁਣਤਾ ਥਾ ਕਿਸੀ ਸੇ, ਤੋ ਕਲੇਜਾ ਪੜ੍ਹ ਜਾਤਾ ਥਾ। ਅਗਰ ਕੋ ਜਬ ਕਿ ਪੋਇਟਰੀ ਲੋਗੋ ਸੇ ਸੁਣਤੇ ਥੇ, ਰਾਮਨਾਥ ਸ਼ਾਸਤਰੀ ਕੀ ਸ਼ਾਇਰੀ ਜਬ ਮੈਨੇ ਸੁਣੀ, ਔਰ ਇਸ ਨੈਚਰ ਕਾ ਅਦਬ ਜੋ ਹੈ ਯੂਨੀਵਰਸਲ ਅਦਬ ਕੇ ਰੱਖਣੇ ਕੇ ਲਾਇਕ ਹੈ, ਔਰ ਹਮਾਰੇ ਹਮ ਲੋਕ ਪਹਿਲਾਂ ਕਹੀਂ ਸੇ ਕਹੀਂ ਨਿਕਲ ਗਈ। ਮੈਂ ਪੇਸ਼ ਵੀ ਹੈ, ਇਹ ਤਾਂ ਰੂਹ ਦੀਆਂ ਗੱਲਾਂ, ਔਰ ਸਾਰਿਆਂ ਕੋਲੋਂ ਵੱਡਾ ਮੇਰਾ ਮੰਨਣਾ ਇਹ ਹੈ ਕਿ ਗਲੋਬ ਜਾਂ ਜਗਰਾਫੀਆ ਤੈਅ ਕਰਦਾ ਕਿ ਤੁਸੀਂ ਕਿੱਥੇ ਰਹਿੰਦੇ ਹੋ। ਤੁਸੀਂ ਕਰਨਾਟਕ ਰਹਿੰਦੇ ਹੋ, ਕੀਨੀਆ ਰਹਿੰਦੇ ਹੋ, ਜਾਂ ਕੁਰਲੂਪਾ ਰਹਿੰਦੇ ਹੋ ਰੇ, ਉਹਦਾ ਬਾਅਦ ਭਾਸ਼ਾ ਤੈਅ ਕਰਦੀ ਹੈ ਅਤੇ ਸੰਸਕ੍ਰਿਤੀ ਤੈਅ ਕਰਦੀ ਹੈ ਕਿ ਤੁਸੀਂ ਕੀ ਹੋ। ਪਹਿਲੀ ਜਗਰਾਫੀਆ ਤੈਅ ਕਰਦਾ ਤੁਸੀਂ ਕਿੱਥੇ ਹੋ ਅਤੇ ਤੁਸੀਂ ਕੌਣ ਹੋ, ਤੁਹਾਡਾ ਲਗਾਵ ਕੀ ਹੈ, ਉਹ ਭਾਸ਼ਾ ਅਤੇ ਸੰਸਕ੍ਰਿਤੀ ਤੈਅ ਕਰਦੀ ਹੈ। ਕਰਦੇ ਨੇ ਪੂਰੇ ਸੰਪਰਕ ਥਾ ਸਵਰਗ ਮਾਨਯੋਗ ਸ਼੍ਰੀ ਕੇਹਰੀ ਸਿੰਘ ਮਧੂਕਰ ਹੁੰਦੇ ਸ਼ਿਸ਼, ਲੇਕਿਨ ਇਹ ਸਾਰਿਆਂ ਦੇ ਸ਼ਿਸ਼ ਸੀਖ ਕਰ ਉਸਨੇ ਜੋ ਕਿਤਾਬ ਲਿਖੀ ਉਸਕਾ ਜ਼ਾਨੂ ਅਦਬ ਤਹਿ ਕੀਆ। ਕਈ ਸਾਲ ਤੋਂ ਉਹ ਜੋ ਇਸਕੇ ਪਾਦਰੀ ਹੈ ਜੋ ਇੰਤਜ਼ਾਮੀਆ ਕੰਨਾ ਤੋਂ ਜੁੜਦੇ ਹਨ ਕਲਚਰ ਅਫਸਰ, ਲੇਕਿਨ ਇਹ ਕੰਨਾ ਵਿੱਚ ਆਏ ਨੇ ਔਰ ਇਹਦਾ ਵੀ ਮਾਤਾ ਮਾਤਾ ਸਵਾਗਤ ਹੈ। ਆਪਣਾ ਲੋਹਾ ਬਣਵਾ ਚੁੱਕੀ ਹੋ, ਉਸਕੇ ਅੰਦਰ ਇੱਕ 40 ਸਾਲ ਕਾ ਦੌਰ ਮੈਂ ਨਿਕਲਾ ਅਤੇ 1988 'ਚ ਮੇਰੀ ਬਲਾਦੀ ਸ਼੍ਰੀ ਗੋਗਾ ਰਾਮ ਸਾਥੀ ਹੋਰ ਰੱਖਦੇ ਹੋਏ, ਉਹ ਮੈਨੂੰ ਕਲਚਰ ਅਕੈਡਮੀ ਲੈ ਆਏ, ਉਹਨੇ ਮੇਰੀ ਸ਼੍ਰੀ ਓਮ ਗੋਮ ਸਵਾਮੀ ਹੋਰ ਰੱਖਦੇ ਬੁਲਾਇਆ। ਇਹ ਬੜੇ ਨੇਕ ਇਨਸਾਨ ਮਿਲਣ ਸਨ, ਇਹਨੇ ਮੇਰਾ ਨਾਮ ਪਤਾ ਲਿਖੀ ਲਿਆ ਔਰ ਫਿਰ ਮੈਂ ਕਲਚਰ ਅਕੈਡਮੀ ਆਉਂਦਾ ਜਾਂਦਾ ਰਿਹਾ ਔਰ ਫਿਰ ਇਹਨੇ ਕਿਛ ਰਚਨਾ ਮੇਰੀ ਜਿਹੜੀਆਂ ਡੋਗਰੀ ਸਰਾਜਾਂ 'ਚ ਵੀ ਛਪੀਆਂ, ਉਹ ਥੋੜ੍ਹਾ ਬਹੁਤ ਮੁਸ਼ਾਇਰੇ 'ਚ ਵੀ ਇੰਨਾ ਕੁ ਨਹੀਂ ਥੋੜ੍ਹਾ ਮੌਕਾ, ਲੇਕਿਨ ਥੋੜ੍ਹਾ ਬਹੁਤ ਹੋਇਆ ਔਰ ਇਸ ਚਾਲੀ ਇਹਦਾ ਮੈਂ ਬੜਾ ਧੰਨਵਾਦ ਕਰਨਾ। ਅਗਰ ਇਹ ਵੀ ਮੇਰਾ ਸਾਥ ਨਹੀਂ ਦਿੰਦੇ ਜਾਂ ਉਸ ਵੇਲੇ ਤਾਂ ਮੈਂ ਇੱਥੇ ਢੱਕਣਾ ਪੁੱਜਣਾ, ਅੱਜ
ਜਿਹੜਾ ਪਹੁੰਚਿਆ ਅੰਤਿਮ ਸੋ। ਮੈਂ ਕੈਪਟਨ ਲਲਿਤ ਸ਼ਰਮਾ, ਕਨਵੀਨਰ ਨਵੀਂ ਡੋਗਰੀ ਸੰਸਥਾ। ਅੱਜ ਨਵੀਂ ਡੋਗਰੀ ਸੰਸਥਾ ਦੇ ਮੰਚ ਉੱਪਰਾ ਇੱਕ ਨਵੀਂ ਪੋਥੀ ਦਾ ਲੋਕਾਰਪਣ ਹੋਇਆ। ਇਹ ਡੋਗਰੀ ਕਵਿਤਾ ਸੰਗ੍ਰਹਿ ਹੈ, ਇਹਦੇ ਵਿੱਚ ਕਵਿਤਾ ਔਰ ਗੀਤ ਦੋਵੇਂ ਨੇ ਮੇਰੇ ਚੇਤੇ 'ਚ। ਔਰ ਇਹਦੇ ਲਿਖਾਰੀ ਨੇ ਸੁਬਾਨ ਮੁਹੰਮਦ ਹੋਰੀ, ਜਿਹੜੇ ਨਰਵਾਲ ਭਾਈ ਸਤਵਾਰੀ ਦੇ ਲਾਉਣੇ ਵਾਲੇ ਨੇ, ਉਹਦੀ ਪਹਿਲੀ ਪੋਥੀ ਹੈ। ਔਰ ਇਹਦੇ ਵਿੱਚ ਕੋਈ 116 ਇਹਦੀਆਂ ਰਚਨਾ ਨੇ। ਇਹਨੇ ਜਿੰਨੇ ਵੀ ਸਮਾਜੀ ਪੱਖ ਨੇ ਉਹਨੇ ਕੀ ਇਹਨੇ ਛੂਹਦਾ ਹੈ ਇਸ ਆਪਣੀ ਕਵਿਤਾ 'ਚ, ਕਵਿਤਾ ਦੀ ਕਿਤਾਬ 'ਚ, ਕਵਿਤਾ ਸੰਗ੍ਰਹਿ 'ਚ। ਔਰ ਪਹਿਲੀ ਕਿਤਾਬ ਬੇਸ਼ੱਕ ਹੈ, ਲੇਕਿਨ ਇੱਕ ਕਾਮਯਾਬ ਕਿਤਾਬ ਹੈ। ਔਰ ਇਸ ਕਿਤਾਬ ਦਾ ਸਵਾਗਤ ਹੈ ਡੋਗਰੀ ਸਾਹਿਤ ਵਿੱਚ। ਔਰ ਇਹ ਉਮੀਦ ਰੱਖਦੇ ਹਾਂ ਕਿ ਇਸੇ ਤਰੀਕੇ ਕਨੇ ਬੇਵਾਕੀ ਕਨੇ ਇਹ ਅੱਗੇ ਵੀ ਲਿਖਦੇ ਰਹੂੰਗਨ। ਧੰਨਵਾਦ। ਅੱਜ ਇੱਕ ਕਿਤਾਬ ਦਾ ਵਿਮੋਚਨ ਹੋਇਆ ਮੇਰੇ ਚੇਤੇ 'ਚ, ਡੋਗਰੀ ਗੀਤ ਨੇ, ਇਹਦੇ 'ਚ ਸੁਭਾਨ ਮੁਹੰਮਦ ਹੋਰਾਂ ਕਿਤਾਬ ਲਿਖੀ ਦੀ ਹੈ। ਇੱਕ ਬੜਾ ਅੱਛਾ ਸਾਈਨ ਇਹ ਮਿਲਾ ਕਰਦਾ ਸੀਗੀ ਕਿ ਸਹੀ ਮਿਹਨਤ 'ਚ ਜਿਸ ਅਸ ਕੁਸਾ ਸਮੂਹ ਦੀ ਭਾਸ਼ਾ ਜਿਸ ਆਖਦੇ ਹਾਂ, ਕੋਈ ਵੀ ਭਾਸ਼ਾ, ਇਹ ਡੋਗਰੀ ਜਿਹੜੀ ਹੈ, ਡੋਗਰੀ ਡੁੱਗਰ ਦੀ ਭਾਸ਼ਾ ਹੈ, ਇਹ ਅੱਜ ਇਸ ਗੱਲ ਦਾ ਪ੍ਰਮਾਣ ਅਸੀਂਗੀ ਪੂਰੀ ਚਾਲੀ ਮਿਲਾ ਕਰਦਾ ਕਿ ਹਰ ਫਿਰਕੇ ਦੇ ਲੋਕ ਜਿਹੜੇ ਨੇ ਉਹ ਇਸਕੀ ਆਪਣੀ ਜ਼ੁਬਾਨ ਸਮਝਦੇ ਨੇ। ਐਣ ਵਾਸਤੇ ਆਖਣੇ ਪਹਿਲਾਂ ਗਏ ਕਿ ਡੁੱਗਰ 'ਚ ਰਹਾਉਣ ਵਾਲੇ ਹਰ ਜਿੰਨੇ ਵੀ ਲੋਕ ਐਣ, ਭਾਵੇਂ ਉਹ ਹਿੰਦੂ ਨੇ, ਮੁਸਲਮਾਨ, ਸਿੱਖ ਨੇ, ਈਸਾਈ ਨੇ, ਉਹਦੀ ਭਾਸ਼ਾ ਡੋਗਰੀ ਹੈ। ਪਰ ਲੇਖਣ 'ਚ ਇਹਦੀ ਜਰਾ ਆਮਦ ਘੱਟ ਹੀ ਇਹ, ਪਰ ਇੰਨੇ ਨਹੀਂ, ਸ਼ਾਇਦ ਇਹ ਕਾਰਨ ਰਿਹਾ ਹੋਇਆ ਕਿ ਰਸਮੁਲ ਖੱਤ ਜਿਹੜਾ ਇਹ ਫਾਰਸੀ 'ਚ ਜਾਣਨੇ ਵਾਲੇ, ਫਾਰਸੀ ਉਰਦੂ ਫਾਰਸੀ ਜਾਣਨੇ ਵਾਲੇ ਲੋਕ ਜਿਹੜੇ ਨੇ, ਉਹ ਵਜ੍ਹਾ ਹੋ ਸਕਦੀ ਹੈ ਕਿ ਅਸੀਂ ਡੋਗਰੀ ਜਿਸਲੇ ਅਪਣਾਈ ਲਈ ਇਹਦੇ ਵਾਸਤੇ ਦੇਵਨਾਗਰੀ, ਅਤੇ ਉਹਨੇਗੀ ਇਸ ਦੇ 'ਚ ਲਿਖਣਾ ਮੁਸ਼ਕਲ ਹੋਇਆ ਕਰਦਾ ਹਾਂ, ਸ਼ਾਇਦ ਇਹ ਵੀ ਕਾਰਨ ਮੈਂ ਸਮਝਣਾ ਕਿ ਰਿਹਾ ਹੋ, ਆਪਣੀ ਲਿਪੀ ਅਸੀਂ ਛੋੜੀ ਤੀ ਇਹ ਕਾਰਨ ਵੀ ਰਿਹਾ ਹੋ। ਪਰ ਅੱਜ ਉਸਦੇ ਬੜੇ ਸ਼ੁਭ ਸਮਾਚਾਰ ਜਿਹੜੇ ਮਿਲਾ ਕਰਦੇ ਨੇ, ਸ਼ੁਭ ਲੱਛਣ ਜਿਹੜੇ ਮਿਲਾ ਕਰਦੇ ਨੇ ਕਿ ਮਤੇ ਲੋਕ ਇਸਕੀ ਜਿਹੀਆਂ ਕਿੰਨੀਆਂ ਵੀ ਜੇ ਜਿਸ ਚਾਲੀ ਵੀ ਹੈ ਦੇਵਨਾਗਰੀ 'ਚ ਹੈ, ਭਾਵੇਂ ਜਿਹੀਆਂ ਵੀ ਹੈ ਉਸੀ ਅਪਣਾਈ ਹੈ, ਅੱਜ ਡੋਗਰੀ 'ਚ ਲਿਖਾ ਕਰਦੇ ਨੇ, ਕਿਉਂਕਿ ਮਾਤਰੀ ਭਾਸ਼ਾ ਉਹਦੀ ਡੋਗਰੀ ਹੈ। ਔਰ ਬੜੇ ਅੱਛੇ ਗੀਤਾਂ ਦੀ ਕੁਲੈਕਸ਼ਨ ਹੈ ਇਹ ਕਿਤਾਬ, ਮੈਂ ਅਜੇ ਪੂਰੀ ਚਾਲੀ ਪੜ੍ਹੀ ਨਹੀਂ ਸਕਿਆ ਸੀ, ਮੇਰੇ ਚੇਤੇ 'ਚ ਸੁਭਾਨ ਮੁਹੰਮਦ, ਇਹ ਇੱਥੋਂ ਦੇ ਗਏ ਰੋਣੇ ਵਾਲੇ ਨੇ ਨਰਵਾਲ ਭਾਈ ਦੇ, ਔਰ ਬੜਾ ਅੱਛਾ ਗਾਉਂਦੇ ਨੇ, ਬੜਾ ਅੱਛਾ ਲਿਖਦੇ ਨੇ। ਇਹ ਇਹਨੇਗੀ ਮੇਰੀ ਤਰਫਾ, ਮੈਂ ਆਪਣੇ ਪੂਰੇ ਡੁੱਗਰ ਦੇ ਜਿੰਨੇ ਵੀ ਡੋਗਰੀ ਦੇ ਲਿਖਾਰੀ ਨੇ ਉਹਦੀ ਤਰਫਾ, ਔਰ ਡੁੱਗਰ ਦੇ ਵਾਸੀ ਦੀ ਤਰਫਾ ਇਹਨੇ ਮੁਬਾਰਕ ਦੇਣਾ, ਔਰ ਨਵੀਂ ਡੋਗਰੀ ਸੰਸਥਾ ਕੀ ਵੀ ਮੁਬਾਰਕਬਾਦ ਦੇਣਾ ਜੇ ਉਹਨੇ ਅੱਜ ਇਹ ਬੜਾ ਅੱਛਾ ਕਾਰਜਕ੍ਰਮ ਜਿਹੜਾ ਕੀਤਾ, ਇੱਕ ਬੜੀ ਅੱਛੀ ਕਿਤਾਬ ਸਾਡੇ ਸਾਹਮਣੇ ਆਈ।